ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕ੍ਰੀਏਟਿਵਲੀ ਚੇਂਜ ਕਲਰ ਇਨ ਯੂਅਰ ਫੋਟੋਜ਼। ਆਪਾਂ ਜਿਸ ਤਰ੍ਹਾਂ ਮੰਨ ਲਓ ਕੋਈ ਵੀ ਸਿੰਪਲ ਫੋਟੋ ਆ, ਉਹਨੂੰ ਆਪਾਂ ਹੋਰ ਕਲਰ ਜਾਂ ਹੋਰ ਫੀਲ ਆਪਾਂ ਕਿਸ ਤਰ੍ਹਾਂ ਦੇ ਸਕਦੇ ਹਾਂ। ਅਤੇ ਜਿਸ ਤਰ੍ਹਾਂ ਮੰਨ ਲਓ ਆਪਾਂ ਕੋਈ ਵੀ ਮੂਵੀ, ਹੋਰਰ ਮੂਵੀ ਆਪਾਂ ਦੇਖਦੇ ਹਾਂ, ਉਸ ਤੋਂ ਪਹਿਲਾਂ ਉਹਨਾਂ ਦੇ ਜਿਹੜੇ ਪੋਸਟਰ ਬਣੇ ਹੁੰਦੇ ਨੇ, ਉਹਦੇ ਵਿੱਚ ਜ਼ਿਆਦਾਤਰ ਕਲਰ ਕਿਹੜੇ ਕਿਹੜੇ ਯੂਜ਼ ਹੁੰਦੇ ਨੇ? ਆਪਾਂ ਦੇਖੀਏ ਤਾਂ ਜ਼ਿਆਦਾ ਕਲਰ ਯੂਜ਼ ਹੋਏ ਹੁੰਦੇ ਨੇ ਗ੍ਰੀਨਿਸ਼, ਵਾਈਟ ਅਤੇ ਬਲੈਕ। ਅਤੇ ਜਿਹੜੇ ਐਕਚੁਅਲ ਦੇ ਵਿੱਚ ਕਲਰ ਯੂਜ਼ ਹੁੰਦੇ ਨੇ ਉਹ ਹੁੰਦੇ ਨੇ ਸਟਾਰਟਿੰਗ 'ਤੇ ਬਲੈਕ, ਰੈੱਡ, ਵਾਈਟ ਅਤੇ ਗ੍ਰੀਨਿਸ਼। ਹੋਰਰ ਮੂਵੀ ਦਾ ਪੋਸਟਰ ਦਿਖਾਉਣਾ ਜਿਹਦੇ ਵਿੱਚ ਜਿਹੜੇ ਜਿਹੜੇ ਕਲਰ ਯੂਜ਼ ਹੋਏ ਨੇ ਪ੍ਰੋਫੈਸ਼ਨਲੀ ਆਪਾਂ ਦੇਖਦੇ ਹਾਂ। ਕੋਈ ਵੀ ਆਪਾਂ 5 ਹੋਲੀਵੁੱਡ ਮੂਵੀ ਪੋਸਟਰ ਦੇਖ ਲੈਂਦੇ ਹਾਂ। ਹੁਣ ਜਿਸ ਤਰ੍ਹਾਂ ਮੰਨ ਲਓ ਸਭ ਤੋਂ ਪਹਿਲਾਂ ਇਹ ਪੋਸਟਰ ਹੈਗਾ ਡਿਮੈਟਰ, ਬਲੂ ਕਲਰ ਦਾ ਟੱਚ ਆ, ਬਲੈਕ ਅਤੇ ਬਲੂ। ਨੈਕਸਟ ਪੋਸਟਰ ਹੈਗਾ ਰੋਂਗ ਟਰਨ, ਇਹਦੇ ਵਿੱਚ ਜ਼ਿਆਦਾਤਰ ਕਲਰ ਦਿੱਤਾ ਹੈ ਗ੍ਰੀਨਿਸ਼। ਗ੍ਰੀਨਿਸ਼ ਅਤੇ ਬਲੈਕ ਦੋ ਕਲਰ ਯੂਜ਼ ਹੋਏ ਨੇ। ਨੈਕਸਟ ਡਾਰਕ ਮੂਵੀ ਫਿਲਮ ਦਾ ਪੋਸਟਰ, ਇਹਦੇ ਵਿੱਚ ਜ਼ਿਆਦਾਤਰ ਇਹਨਾਂ ਨੇ ਬਲੈਕ ਕਲਰ, ਡਾਰਕਨੈਸ ਜ਼ਿਆਦਾ ਰੱਖੀ ਹੈ, ਥੋੜ੍ਹਾ ਜਿਹਾ ਕਲਰ ਦਿੱਤਾ ਹੈ ਰੈਡਿਸ਼ ਵਿੱਚ। ਨੈਕਸਟ ਆ ਗਿਆ ਦਾ ਕੌਂਜਰਿੰਗ 2, ਉਹਦਾ ਪੋਸਟਰ ਹੈਗਾ, ਇਹਦੇ ਵਿੱਚ ਇਹਨਾਂ ਨੇ ਬਲੈਕ ਤਾਂ ਯੂਜ਼ ਕੀਤਾ ਹੀ ਹੈ, ਬਲੂ ਟੱਚ ਦਿੱਤਾ ਇਹਦੇ ਵਿੱਚ। ਬਲੂ ਜਿਹੜਾ ਉਹ ਡਾਰਕ ਨਹੀਂ ਹੈ, ਥੋੜ੍ਹਾ ਹਲਕਾ ਜਿਹਾ ਲਾਈਟ ਜਿਹਾ ਕਲਰ ਦਿੱਤਾ। ਹੋਰਰ ਮੂਵੀ ਪੋਸਟਰ ਵਿੱਚ ਡਾਰਕਨੈਸ ਜ਼ਿਆਦਾ ਹੁੰਦੀ ਹੈ, ਅਤੇ ਜਿਹੜੇ ਕਲਰ ਯੂਜ਼ ਹੁੰਦੇ ਨੇ ਰੈੱਡ, ਵਾਈਟ, ਗ੍ਰੀਨਿਸ਼ ਅਤੇ ਬਲੂ। ਅਤੇ ਨੈਕਸਟ ਆਪਾਂ ਪ੍ਰੈਕਟੀਕਲ ਪਾਰਟ ਸ਼ੁਰੂ ਕਰਦੇ ਹਾਂ। ਜਿਸ ਤਰ੍ਹਾਂ ਮੰਨ ਲਓ ਕੋਈ ਵੀ ਸਿੰਪਲ ਫੋਟੋ, ਉਹਨੂੰ ਆਪਾਂ ਕਲਰ ਗ੍ਰੇਡਿੰਗ ਕਿੱਦਾਂ ਦੇਣੀ ਹੈ ਅਤੇ ਹੋਰਰ ਫੀਲ ਕਿੱਦਾਂ ਆਉਣੀ ਚਾਹੀਦੀ ਹੈ। ਕੋਈ ਵੀ ਆਪਾਂ ਸਿੰਪਲ ਫੋਟੋ ਲੈ ਲੈਣੀ ਹੈ, ਅਤੇ ਜਿਹੜੇ ਇਹ ਕਲਰ ਨੇ ਇਹ ਯੂਜ਼ ਤਾਂ ਕੀਤੇ ਜਾਂਦੇ ਨੇ ਕਿ ਇੱਕ ਹੋਰਰ ਅਤੇ ਇਮੋਸ਼ਨਲ ਫੀਲ ਆਵੇ। ਹੁਣ ਇਹਨੂੰ ਆਪਾਂ ਸਿੰਪਲ ਫੋਟੋ ਨੂੰ ਕਲਰ ਦੇਵਾਂਗੇ। ਸਭ ਤੋਂ ਪਹਿਲਾਂ ਇਹਨੂੰ ਆਪਾਂ ਡੁਪਲੀਕੇਟ ਕਰ ਲੈਣਾ ਹੈ। ਹੁਣ ਆਪਾਂ ਇਹਨੂੰ ਕਲਰ ਗ੍ਰੇਡਿੰਗ ਦੇਣੀ ਹੈ, ਸੋਲਿਡ ਕਲਰ ਕਿਹੜਾ ਕਿਹੜਾ ਆਪਾਂ ਕਲਰ ਦੇ ਸਕਦੇ ਹਾਂ। ਸਟਾਰਟਿੰਗ 'ਤੇ ਆਪਾਂ ਗ੍ਰੀਨਿਸ਼ ਟੋਨ ਦੇਵਾਂਗੇ, ਇਹਨੂੰ ਆਪਾਂ ਮਲਟੀਪਲਾਈ ਕਰ ਦੇਣਾ ਨੋਰਮਲ 'ਤੇ ਜਾ ਕੇ। ਹੁਣ ਜਿਸ ਤਰ੍ਹਾਂ ਮੰਨ ਲਓ ਗ੍ਰੀਨਿਸ਼ ਕਲਰ ਆ ਗਿਆ, ਇਹਨੂੰ ਥੋੜ੍ਹਾ ਜਿਹਾ ਆਪਾਂ ਓਪੈਸਿਟੀ ਇਹਦੀ ਘਟਾ ਦੇਣੀ ਹੈ, 70 ਤੱਕ ਵੀ ਲੈ ਕੇ ਆ ਜਾਈਏ। ਇਸ ਤੋਂ ਬਾਅਦ ਜਿਸ ਤਰ੍ਹਾਂ ਮੰਨ ਲਓ ਇਹਦੇ ਵਿੱਚ ਫਾਈਨ ਲਿਖਿਆ, ਥੋੜ੍ਹਾ ਗਲੋ ਕਰਨਾ। ਹੁਣ ਆਪਾਂ ਨੈਕਸਟ ਬ੍ਰੱਸ਼ ਟੂਲ ਨੂੰ ਸਿਲੈਕਟ ਕਰ ਲੈਣਾ, ਜਿਹੜਾ ਗ੍ਰੀਨਿਸ਼ ਕਲਰ ਸਿਲੈਕਟ ਕੀਤਾ ਉਹੀ ਆਪਾਂ ਇੱਥੇ ਡਰਾ ਕਰਨਾ, ਲੇਅਰ ਕ੍ਰੀਏਟ ਕਰ ਲੈਣੀ ਨਿਊ। ਉਸ ਤੋਂ ਬਾਅਦ ਇਹਨੂੰ ਆਪਾਂ ਬ੍ਰੱਸ਼ ਟੂਲ ਦੇ ਨਾਲ ਡਰਾ ਕਰ ਲੈਣਾ, ਗ੍ਰੀਨ ਕਲਰ ਨੂੰ ਸਿਲੈਕਟ ਕਰ ਲੈਣਾ। ਹੁਣ ਆਪਾਂ ਇਹਨੂੰ ਡਰਾ ਕਰ ਲਿਆ, ਇਹਨੂੰ ਸਮਾਰਟ ਆਬਜੈਕਟ ਵਿੱਚ ਕਨਵਰਟ ਕਰ ਲੈਣਾ, ਅਤੇ ਨੋਰਮਲ ਨੂੰ ਆਪਾਂ ਡਿਫਰੈਂਸ ਵਿੱਚ ਰੱਖ ਦੇਣਾ, ਬੈਕਗਰਾਊਂਡ ਦੇ ਵਿੱਚ ਮਿਕਸ ਹੋ ਜਾਏ। ਹੁਣ ਇਹਨੂੰ ਆਪਾਂ ਹੋਰਰ ਕਲਰ ਦੇਤਾ, ਹੁਣ ਇਹਨੂੰ ਆਪਾਂ ਚੇਂਜ ਵੀ ਕਰ ਸਕਦੇ ਹਾਂ, ਜਿਹੜਾ ਵੀ ਕਲਰ ਜਿਸ ਤਰ੍ਹਾਂ ਮੰਨ ਲਓ ਤੁਸੀਂ ਦੇਣਾ ਚਾਹੁੰਦੇ ਹੋ, ਜਾਂ ਰੈੱਡ ਦੇ ਵਿੱਚ ਕਪੈਸਿਟੀ ਇਹਦੀ ਡਾਊਨ ਕਰ ਸਕਦੇ ਹਾਂ ਜਿੰਨੀ ਕੁ ਤੁਹਾਨੂੰ ਚਾਹੀਦੀ ਹੈ। ਜਿਹੜਾ ਆਪਾਂ ਫਾਈਨ ਲਿਖਿਆ ਇਹਦਾ ਵੀ ਕਲਰ ਆਪਾਂ ਚੇਂਜ ਕਰ ਸਕਦੇ ਹਾਂ, ਰਾਈਟ ਕਲਿੱਕ ਕਰਕੇ ਬਲੈਂਡਿੰਗ ਆਪਸ਼ਨ ਆਪਾਂ ਕਲਰ ਦੇ ਦੇਣਾ, ਰੈੱਡ ਆ ਜਾਏਗਾ। ਹੋਰਰ ਪੋਸਟਰ ਦੇ ਵਿੱਚ ਜਿੰਨੇ ਵੀ ਕਲਰ ਯੂਜ਼ ਹੁੰਦੇ ਨੇ, ਇਹ 5 ਕਲਰ ਦੇ ਨਾਲ ਆਪਾਂ ਸਿੰਪਲ ਫੋਟੋ ਨੂੰ ਹੋਰਰ ਫੀਲ ਦੇ ਸਕਦੇ ਹਾਂ, ਅਤੇ ਕੋਈ ਵੀ ਕਲਰ ਆਪਾਂ ਚੇਂਜ ਕਰ ਸਕਦੇ ਹਾਂ। ਟੇਕ ਕੇਅਰ, ਬਾਏ।